ਲਘੂ ਫਿਲਮ ਟੇਡੇ ਨਟ ਦੀ ਸਟਾਰਕਾਸਟ ਪਟਿਆਲਾ ਦੇ CMT ਕਾਲਜ ਵਿਖੇ ਪੁੱਜੀ, ਜਿੱਥੇ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਲਘੂ ਫਿਲਮ ਦਿਖਾਈ ਗਈ। ਇਸ ਫਿਲਮ ਦਾ ਮਕਸਦ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਮਾਪਿਆਂ ਦੀ ਸਾਂਭ ਸੰਭਾਲ ਬਾਰੇ ਸੰਦੇਸ਼ ਦੇਣਾ ਹੈ। ਇਸ ਮੌਕੇ 'ਤੇ ਆਈ ਸਟਾਰਕਾਸਟ ਨੇ ਚੜ੍ਹਦੀ ਕਲਾ ਅਦਾਰੇ ਦਾ ਧੰਨਵਾਦ ਕੀਤਾ ਅਤੇ ਇਸ ਫਿਲਮ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਮੰਗ ਵੀ ਕੀਤੀ। ਅਸੀਂ ਤਿੰਨ ਦੋਸਤ, ਅਸੀਂ ਤਿੰਨਾਂ ਨੇ ਰਲ ਕੇ ਇੱਕ ਸੁਪਨਾ ਲਿਆ ਕਿ ਸਮਾਜ ਦੇ ਵਾਸਤੇ ਇੱਕ ਚੰਗੇ ਮੈਸੇਜ ਦੇਣ ਵਾਲੀਆਂ ਫਿਲਮਾਂ ਤਿਆਰ ਕਰੀਏ। ਅਤੇ ਉਹਨਾਂ ਦੇ ਵਿੱਚ ਕਿਉਂਕਿ ਪਹਿਲਾਂ ਤੋਂ ਸਾਡਾ ਤਜਰਬਾ ਹੈਗਾ, ਅਸੀਂ ਪਹਿਲਾਂ ਇੱਕ ਫਿਲਮ ਚੰਨੀ ਮਾਰ ਸੈਲਫ ਦੇ ਚੁੱਕੇ ਹਾਂ, ਔਰ ਇਸੇ ਤਰੀਕੇ ਨਾਲ ਸ਼ੋਰਟ ਮੂਵੀਜ਼ ਕਈ ਕੀਤੀਆਂ ਨੇ। ਪਿੱਛੇ ਜੇ ਇੱਕ ਫਿਲਮ ਕੀਤੀ ਸੀ ਜਿਸ ਵਿੱਚ ਮੈਂ ਅਤੇ ਹਰਕੀਰਤ ਕੌਰ ਨੇ ਕਰੈਕਟਰ ਕੀਤਾ ਸੀ, ਨਸ਼ਾ ਇੱਕ ਮੌਤ ਦਾ ਸਫ਼ਰ। ਸੋ ਅਜਿਹੀਆਂ ਸੋਸ਼ਲ ਮੈਸੇਜ ਦੇਣ ਵਾਲੀਆਂ ਫਿਲਮਾਂ ਦੇ ਵਾਸਤੇ ਅਸੀਂ ਤਿੰਨਾਂ ਦੋਸਤਾਂ ਨੇ ਰਲ ਕੇ ਆਪਣੀ F3 ਪ੍ਰੋਡਕਸ਼ਨਸ ਕਾਇਮ ਕੀਤੀ। ਅਤੇ ਸਾਡੀ ਇਸ ਪਹਿਲੀ ਫਿਲਮ ਨੂੰ ਦੇਖ ਕੇ ਚੜ੍ਹਦੀ ਕਲਾ Time TV ਤੋਂ ਸਤਬੀਰ ਸਿੰਘ ਜੀ, ਦਰਦੀ, ਮੰਨਤ ਕੋਹਲੀ ਜੀ, ਇਹਨਾਂ ਨੇ ਬਹੁਤ ਹੀ ਵਧੀਆ ਹੁੰਗਾਰਾ ਦਿੱਤਾ। ਅਤੇ ਅੱਜ ਮੈਂ ਫਖਰ ਦੇ ਨਾਲ ਕਹਿ ਸਕਦਾ ਕਿ ਸਾਨੂੰ ਇੱਕ ਬਹੁਤ ਹੀ ਹਾਈਟ ਮਿਲੀ ਹੈ, ਇੱਕ ਅਜਿਹਾ TV ਸਾਡੇ ਨਾਲ ਜੁੜ ਗਿਆ ਜਿਹੜਾ ਸਾਡੇ ਸੰਦੇਸ਼ ਨੂੰ ਪੂਰੇ ਸੰਸਾਰ ਤੱਕ ਲੈ ਕੇ ਜਾਏਗਾ। ਅਸੀਂ ਇਸ ਫਿਲਮ ਦੇ ਵਿੱਚ ਸਾਰੇ, ਖਾਸ ਕਰਕੇ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ, ਉਹਨਾਂ ਨੂੰ ਮੈਸੇਜ ਦੇਣਾ ਚਾਹੂੰਗਾ, ਕਿਉਂਕਿ ਪਰਿਵਾਰ ਇਹ ਕਹਿ ਰਹੇ ਹੋ ਗਏ, ਪਿੰਡਾਂ ਤੋਂ ਲੋਕ ਟੁੱਟ ਕੇ ਸ਼ਹਿਰਾਂ ਵੱਲ ਨੂੰ ਆ ਗਏ, ਅਤੇ ਜਿਹੜੇ ਪੇਰੈਂਟਸ ਨੇ ਉਹ ਰੁਲ ਰਹੇ ਨੇ। ਅਤੇ ਅਸੀਂ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਜਿਹੜੇ ਮਾਂ ਬਾਪ ਨੇ ਉਹਨਾਂ ਨੂੰ ਘੱਟੋ ਘੱਟ ਆਪਣੇ ਨਾਲ ਰੱਖੋ, ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿਓ। ਅਸੀਂ ਇੱਕ ਇਹੀ ਕੋਸ਼ਿਸ਼ ਕੀਤੀ ਇਸ ਫਿਲਮ ਦੇ ਵਿੱਚ ਦੱਸਣ ਦੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਅਸੀਂ, ਮੈਂ ਆਪਣੀ ਟੀਮ ਵੱਲੋਂ Time TV ਚੜ੍ਹਦੀ ਕਲਾ Time TV ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਬੱਚਿਆਂ ਨੂੰ ਫਿਲਮ ਦਿਖਾਉਣ ਦਾ ਮੌਕਾ ਦਿੱਤਾ। ਇਸ ਫਿਲਮ ਦੇ ਰਾਹੀਂ ਅਸੀਂ ਜੋ ਅੱਜ ਕੱਲ੍ਹ ਸਮਾਜਿਕ ਕੁਰੀਤੀਆਂ ਹੈ, ਜਿਹਦੇ ਵਿੱਚ ਕੀ ਹੈ, ਸਾਡੇ ਜਿਵੇਂ ਬਜ਼ੁਰਗਾਂ ਦਾ ਮਾਣ ਸਤਿਕਾਰ ਜਿਹੜਾ ਪਰਿਵਾਰਾਂ ਦੇ ਵਿੱਚ ਘੱਟ ਰਿਹਾ ਆ, ਕਿ ਜਿਹੜੇ ਬਜ਼ੁਰਗ ਨੇ ਉਹ ਆਪਣੇ ਬੱਚੇ ਨੂੰ ਸਿਰਫ ਇਸੇ ਕਰਕੇ ਪਾਲਦੇ ਨੇ ਕਿ ਜਦੋਂ ਉਹ ਬਜ਼ੁਰਗ ਹੋ ਜਾਂਦੇ ਨੇ, ਬੁੱਢੇ ਹੋ ਜਾਂਦੇ ਨੇ, ਤਾਂ ਜਿਹੜੇ ਬੱਚੇ ਆ ਉਹਨਾਂ ਦੀ ਡੰਗੋਰੀ ਬਣਨ, ਉਹਨਾਂ ਦਾ ਸਹਾਰਾ ਬਣਨ ਜਦੋਂ ਉਹਨਾਂ ਨੂੰ ਸਹਾਰੇ ਦੀ ਜ਼ਰੂਰਤ ਹੈ। ਪਰ ਅੱਜ ਦੇ ਪੂੰਜੀਵਾਦੀ ਸਮੇਂ ਦੇ ਵਿੱਚ, ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ, ਕਿਤੇ ਨਾ ਕਿਤੇ ਉਹ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਸੀ ਉਹ ਸਾਡੇ ਤੋਂ ਪਿੱਛੇ ਰਹਿੰਦੀਆਂ ਜਾ ਰਹੀਆਂ ਨੇ, ਕਿ ਪਰਿਵਾਰ ਦੇ ਵਿੱਚ ਜਿਹੜਾ ਆ ਬਜ਼ੁਰਗਾਂ ਦਾ ਮਾਣ ਸਤਿਕਾਰ ਜਿਹੜਾ ਉਹ ਘੱਟ ਰਿਹਾ, ਔਰ ਉਹ ਬੜਾ ਹੀ ਦੁੱਖ ਭਰਿਆ ਜੀਵਨ ਜਿਹੜਾ ਉਹ ਬਤੀਤ ਕਰਦੇ ਆ। ਇਹ ਮੈਂ ਨਹੀਂ ਕਹਿੰਦਾ ਕਿ ਸਾਰੇ ਪਰਿਵਾਰਾਂ ਦੇ ਵਿੱਚ ਇਹ ਹਾਲ ਹੈ, ਪਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਆ ਬਜ਼ੁਰਗ ਆ ਉਹ ਬਹੁਤ ਦੁੱਖ ਭਰੀ ਜ਼ਿੰਦਗੀ ਅਖੀਰਲੇ ਸਮੇਂ ਦੇ ਵਿੱਚ ਆ ਕੇ ਹੰਡਾਉਂਦੇ ਆ, ਜਦੋਂ ਕਿ ਉਹਨਾਂ ਨੂੰ ਮਤਲਬ ਕਿ ਸੁੱਖ ਚਾਹੀਦਾ ਹੈ, ਬੱਚੇ ਉਹਨਾਂ ਦਾ ਸਹਾਰਾ ਬਣਨ। ਇਸੇ ਵਿਸ਼ੇ ਨੂੰ ਲੈ ਕੇ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ, ਅਤੇ ਹਫ਼ਤਾ ਕੁ ਹੋ ਗਿਆ ਸਾਡੀ ਫਿਲਮ ਰਿਲੀਜ਼ ਹੋਈ ਨੂੰ YouTube ਦੇ ਉੱਤੇ, ਅਤੇ ਸਾਨੂੰ ਬਹੁਤ ਜ਼ਿਆਦਾ ਵਧੀਆ ਹੁੰਗਾਰਾ ਮਿਲ ਰਿਹਾ, ਬਹੁਤ ਜ਼ਿਆਦਾ ਅੱਛੇ ਰਿਵਿਊਜ਼ ਮਿਲ ਰਹੇ ਨੇ। ਤੋ ਸੋ ਮੈਂ ਸਭ ਦਾ ਧੰਨਵਾਦ ਕਰਦਾ, ਬਾਅਦ ਐਂਡ ਦੇ ਵਿੱਚ ਮੰਨਤ ਕੋਹਲੀ ਜੀ ਦਾ, ਕਿ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ। ਧੰਨਵਾਦ ਜੀ।